ਆਹਾ ਉਂਗਲ ਪੰਜਾਬੀਓ ਤੁਹਾਡੀ ਅਣਖ ਤੇ ਗੈਰਤ ਦਾ ਸਬੂਤ ਬਣ ਸਕਦੀ ਆ ਜੇ ਕਿਤੇ ਆਹ ਉਂਗਲ ਸਹੀ ਥਾਂ ਤੇ ਵਰਤ ਲਓ। ਹੁਣ ਵਰਤਣੀ ਕਿੱਥੇ ਆ ਤੇ ਕਿੱਥੇ ਉਂਗਲ ਵਰਤ ਕੇ ਤੁਸੀਂ ਆਪਦੀ ਅਣਖ ਤੇ ਗੈਰਤ ਨੂੰ ਜਿਉਂਦਾ ਰੱਖ ਸਕਦੇ ਹੋ ਤੇ ਸਬੂਤ ਦੇ ਸਕਦੇ ਹੋ। ਇਹ ਉਂਗਲ ਸਭ ਤੋਂ ਪਹਿਲਾਂ 1984 ਦੇ ਵਿੱਚ ਵਰਤੀ ਗਈ ਸੀ ਤੇ ਵਰਤੀ ਕਿਹਨੇ ਸੀ? ਬੇਅੰਤ ਸਿੰਘ ਨੇ ਵਰਤੀ ਸੀ ਤੇ ਵਰਤੀ ਕਾਹਦੇ ਤੇ ਸੀ? ਇੱਕ ਪਿਸਤੌਲ ਦੇ ਘੋੜੇ ਤੇ ਵਰਤੀ ਸੀ ਤੇ ਉਸ ਪਿਸਤੌਲ ਘੋੜੇ ਤੇ ਵਰਤ ਕੇ ਉਹਨੇ ਇੰਦਰਾ ਗਾਂਧੀ ਨੂੰ ਮਿੱਟੀ 'ਚ ਮਿਲਾਇਆ ਸੀ, ਉਹਦੀ ਛਾਤੀ ਨੂੰ ਛਾਨਣੀ ਬਣਾਇਆ ਸੀ ਤੇ ਦਰਬਾਰ ਸਾਹਿਬ ਢਾਉਣ ਵਾਲੀ ਨੂੰ ਸਬਕ ਸਿਖਾਇਆ ਸੀ ਤੇ ਇਸੇ ਉਂਗਲੀ ਨੂੰ ਹੁਣ ਵਰਤਣਾ ਫਰੀਦਕੋਟ ਵਾਲਿਆਂ ਨੇ ਆ, ਲੋਕ ਸਭਾ ਹਲਕੇ ਵਾਲਿਆਂ ਨੇ। ਤੇ ਲਾਉਣੀ ਕਿਤੇ ਆ? ਗੰਨਾ ਕਿਸਾਨ ਤੇ ਲਾਉਣੀ ਆ ਜੇ ਆਪਦੀ ਅਣਖ ਬਚਾਉਣੀ ਆ। ਤੇ ਤੁਸੀਂ ਜਿੰਨੇ ਜੁੜੇ ਹੋ ਸਾਰੇ ਭਰਾ, ਤੁਸੀਂ ਵੀ ਇਸ ਉਂਗਲ ਦੀ ਵਰਤੋਂ ਕਰਨੀ ਆ ਤੇ ਆਪਦੀ ਜੇ ਅਣਖ ਨੂੰ ਤੇ ਗੈਰਤ ਨੂੰ ਜਿੰਦਾ ਹੋਣ ਦਾ ਸਬੂਤ ਦੇਣਾ ਚਾਹੁੰਦੇ ਹੋ ਤਾਂ ਜਿੰਨੇ ਭਰਾ ਜੁੜੇ ਹੋ ਤਾਂ ਇਸ ਉਂਗਲ ਨੂੰ ਸ਼ੇਰ ਵਾਲੇ ਬਟਨ ਤੇ ਲਾਇਓ ਤੇ ਆਪਦੀ ਅਣਖ ਤੇ ਗੈਰਤ ਦੇ ਜਿਉਂਦੇ ਹੋਣ ਦਾ ਸਬੂਤ ਦਿਵਾਇਓ। ਆਪਦੇ ਅੰਦਰੋਂ ਪੁੱਛਿਓ ਤੁਹਾਡੀ ਗੈਰਤ ਦੀ ਅਣਖ ਜੇ ਜਿਉਂਦੀ ਆ ਤਾਂ ਇਹ ਪੋਸਟ ਸ਼ੇਅਰ ਕਰਨੀ ਬਣਦੀ ਆ ਕਿ ਨਹੀਂ ਬਣਦੀ। ਤੇ ਦੋਸਤੋ ਅੱਗੇ ਮੈਂ ਗੱਲ ਇੱਕ ਤੁਹਾਨੂੰ ਦੱਸਦਾ ਕਿ ਸ਼ਰਮ ਆਉਂਦੀ ਆ ਯਾਰ ਜਦੋਂ ਕੋਈ ਪੁੱਛ ਲੈਂਦਾ ਕਿ ਬੇਅੰਤ ਸਿੰਘ ਕੌਣ ਸੀ, ਕਿਹਦਾ ਪੋਤਾ? ਸਰਬਜੀਤ ਸਿੰਘ ਮਲੋਆ ਜਿਹੜਾ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ। ਤਾਂ ਉਦੋਂ ਮੈਂ ਕਹਿੰਦਾ ਵੀ ਅਸੀਂ ਕ੍ਰਿਤਕਣ ਕਿਉਂ ਨਹੀਂ, ਮੈਂ ਕਿ ਇੰਨੇ ਸ਼ਰਮ ਆਉਣ ਵਾਲੀ ਗੱਲ ਕਿਉਂ ਸਾਨੂੰ ਮਹਿਸੂਸ ਨਹੀਂ ਹੁੰਦੀ? ਕਿਉਂਕਿ ਸਾਡੀ ਗੁਰਬਾਣੀ 'ਚ ਕ੍ਰਿਤਕਣ ਨੂੰ ਸਭ ਤੋਂ ਮਾੜਾ ਗਿਣਿਆ, ਕਹਿੰਦੇ ਤੁਹਾਨੂੰ ਕ੍ਰਿਤਕਣ ਤੋਂ ਬਚਾਉਣ ਲਈ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ। ਮੈਂ ਤੁਹਾਡੀ ਉਹਦੀ ਦੱਸਦਾ ਕਿ ਉਹਨੇ ਕੀਤਾ ਕੀ ਸੀ। ਜਿਹੜਾ ਬੰਦਾ ਕੀਤੀ ਨੂੰ ਨਹੀਂ ਜਾਣਦਾ ਉਹ ਕ੍ਰਿਤਕਣ ਹੁੰਦਾ। ਬੇਅੰਤ ਸਿੰਘ ਉਹ ਸ਼ਖਸ ਜਿਹਨੇ ਕੌਮ ਦੀ ਡਿੱਗੀ ਪੱਗ ਨੂੰ ਸਿਰ ਤੇ ਧਰਿਆ ਸੀ, ਠੀਕ ਹੈ ਨਾ, 31 ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਤੋਂ ਬਦਲਾ ਲਿਆ ਸੀ। ਤੇ ਦੋਸਤੋ ਮੈਂ ਤੁਹਾਨੂੰ ਇੱਕੋ ਹੀ ਗੱਲ ਕਰਦਾ ਕਿ ਪਸ਼ੂ ਵੀ ਜਦੋਂ ਆਪਾਂ ਲੈਂਦੇ ਹਾਂ ਨਾ ਤਾਂ ਉਹਦੀ ਨਸਲ ਚੈੱਕ ਕਰਕੇ ਲਈ ਜਾਂਦੀ ਆ ਸਾਡੇ ਪੰਜਾਬ ਦੇ ਵਿੱਚ ਆਮ ਤੌਰ 'ਤੇ। ਪਰ ਜਦੋਂ ਅਸੀਂ ਆਪਦੇ ਪੁੱਤਾਂ ਧੀਆਂ ਦੀ ਕਿਸਮਤ ਕਰਨ ਦਾ ਫੈਸਲਾ ਕਰਦੇ ਹੋ ਤੁਸੀਂ ਨਸਲ ਚੈੱਕ ਨਹੀਂ ਕਰਦੇ। ਤੁਹਾਨੂੰ ਅਕ੍ਰਿਤਕਣ ਹੋਣ ਤੋਂ ਬਚਾਉਣ ਲਈ ਤੁਹਾਨੂੰ ਨਸਲ ਦੱਸਦਾ ਕਿ ਸਰਬਜੀਤ ਸਿੰਘ ਕਿਸ ਨਸਲ ਦਾ ਆਦਮੀ ਆ। ਇਕੱਲੇ ਬੇਅੰਤ ਸਿੰਘ ਨੂੰ ਤਾਂ ਅੱਜ ਬਹੁਤ ਹਲਕਾ ਜਾਣਨ ਵੀ ਲੱਗ ਗਿਆ, ਪਰ ਬਹੁਤਾ ਨਹੀਂ ਜਾਣਦਾ, ਉਹਦੇ ਤੱਕ ਆਵਾਜ਼ ਪਹੁੰਚਦੀ ਕਰਨ ਵਾਸਤੇ। ਹਰ ਭਰਾ ਪੰਜਾਬੀ ਇਹ ਪੋਸਟ ਨੂੰ ਸ਼ੇਅਰ ਕਰਿਓ ਤੇ ਫਰੀਦਕੋਟ ਹਲਕੇ 'ਚ ਤਾਂ ਕਿ ਪਹੁੰਚਦੀ ਹੋ ਜੇ, ਜਿਨ੍ਹਾਂ 'ਚ ਮੜ ਕੇ ਭਰਾਵਾਂ 'ਚ ਅਣਖ ਤੇ ਗੈਰਤ ਹੈਗੀ ਆ। ਪਰ ਨਾਲ ਨਾਲ ਮੈਂ ਕਹਿੰਦਾ ਵੀ ਬੇਅੰਤ ਸਿੰਘ ਤੋਂ ਬਾਅਦ ਮੈਂ ਕਹਿੰਦਾ ਉਦੋਂ ਬਾਅਦ ਉਹਦੀ ਲੈਗਸੀ ਨੂੰ ਕੈਰੀ ਕਰਨ ਵਾਲੀ ਇਸੇ ਮੈਂ ਕਿ ਸਰਬਜੀਤ ਸਿੰਘ ਦੀ ਮਾਤਾ ਸੀ, ਜਿਹਦਾ ਨਾਂ ਸੀ ਸ਼ੇਰਨੀ ਦਾ ਬਿਮਲ ਕੌਰ, ਠੀਕ ਆ। ਬਿਮਲ ਕੌਰ ਖਾਲਸਾ ਕਿਹਾ ਜਾਂਦਾ ਹਿੰਦੂ ਪਰਿਵਾਰ 'ਚ ਪੈਦਾ ਹੋ ਕੇ, ਬੇਅੰਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ। ਉਸ ਤੋਂ ਬਾਅਦ ਦੋਸਤੋ ਉਹਨਾਂ ਦੀ ਲੈਗਸੀ ਨੂੰ ਕੈਰੀ ਕਰਦੇ ਆ ਇਹ। 1.5 ਸਾਲ 84 ਤੋਂ ਬਾਅਦ ਇਹਨਾਂ ਨੂੰ ਮਗਰ ਤਸ਼ੱਦਦ ਝੱਲਣਾ ਪੈਂਦਾ ਤੇ ਪਾਸੇ ਆਸੇ ਵੀ ਰਹਿੰਦੇ ਆ, ਪਰ ਉਦੋਂ ਬਾਅਦ ਪੰਜਾਬ ਆ ਜਾਂਦੇ ਆ ਤੇ ਪੰਜਾਬ ਆ ਕੇ ਉਸ ਮਾਂ ਦੀ ਸ਼ੇਰਨੀ ਨੇ ਉਹ ਕੀਤਾ ਜਿਹੜਾ ਅੱਜ ਤੱਕ ਪੰਜਾਬ ਦੇ ਨਵੇਂ ਇਤਿਹਾਸ ਦੇ ਵਿੱਚ ਕੋਈ ਔਰਤ ਨਹੀਂ ਕਰ ਸਕੀ। ਉਹਨੇ ਸਿੱਧਾ ਹੁਕਮਰਾਨਾਂ ਨਾਲ ਲੋਹਾ ਲਿਆ। ਇਹ ਉਹ ਸ਼ੇਰਨੀ ਦਾ ਪੁੱਤ ਆ ਜਿਹਨੇ ਰਾਜੀਵ ਗਾਂਧੀ ਦੀ ਅੱਖ 'ਚ ਅੱਖ ਪਾ ਕੇ ਕਿਹਾ ਸੀ ਕਿ ਤੂੰ ਸਾਡੀ ਕੌਮ ਦਾ ਕਾਤਲ ਆ ਤੇ ਤੈਨੂੰ ਫਾਹੇ ਲੱਗਣਾ ਚਾਹੀਦਾ। ਉਸ ਤੋਂ ਬਾਅਦ ਇਹ ਉਹ ਸ਼ੇਰਨੀ ਆ ਜਿਹਨੇ ਸੁਰਜੀਤ ਸਿੰਘ ਬਰਨਾਲੇ ਵਰਗੇ ਮੁੱਖ ਮੰਤਰੀ ਦੇ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਮੂੰਹ ਤੇ ਚਪੇੜ ਮਾਰੀ ਸੀ ਤੇ ਦੱਸਿਆ ਸੀ ਕਿ ਕੌਮ 'ਚ ਦਰਦ ਕਿੰਨਾ। ਇਹ ਉਹ ਮੈਂ ਕਿ ਸ਼ੇਰਨੀ ਆ ਜਿਹੜੀ ਹਰ ਉਹ ਸਿੱਖ ਯੋਧੇ ਦੇ ਭੋਗ ਤੇ ਵੀ ਪਹੁੰਚੀ ਜਿਹੜਾ ਉਸ ਦੌਰ ਦੇ ਵਿੱਚ ਸ਼ਹੀਦ ਹੋਇਆ। ਤੇ ਉਸ ਤੋਂ ਇਲਾਵਾ ਦੋਸਤੋ ਹਰ ਕਈ ਇਨਕਾਊਂਟਰਾਂ ਦੇ ਵਿੱਚ ਵੀ ਇਹ ਮਾਂ ਦੀ ਧੀ ਵਿਚਾਲੇ ਜਾ ਕੇ ਖੜ ਜਾਂਦੀ ਸੀ। 1999 'ਚ ਜਦੋਂ ਲੋਕ ਸਭਾ 'ਚ ਇਹਨੂੰ ਭੇਜਿਆ ਸੀ ਤਾਂ ਉੱਥੇ ਜੋ ਇਹ ਗਰਜ ਕੇ ਜਿਹਨੇ ਆਵਾਜ਼ ਬੁਲੰਦ ਕੀਤੀ ਸੀ ਉਹ ਕਦੇ ਮੈਂ ਕਿ ਹਿਸਟਰੀ ਫਰੋਲ ਕੇ ਦੇਖਿਓ। ਤੇ ਇਹ ਸ਼ੇਰਨੀ ਵੀ ਸ਼ਹਾਦਤ ਦਾ ਜਾਮ ਪੀ ਗਈ ਸੀ। ਕਿਵੇਂ ਪੀਤਾ ਸੀ ਦੋਸਤੋ? ਥੋੜ੍ਹੀ ਜਿਹੀ ਮੈਂ ਗੱਲ ਜ਼ਰੂਰ ਦੱਸਦਾ ਕਿਉਂਕਿ ਪਤਾ ਹੋਣਾ ਬਹੁਤ ਜ਼ਰੂਰੀ ਹੈ ਯਾਰ ਬਿਮਲ ਕੌਰ ਖਾਲਸਾ ਜੀ ਬਾਰੇ, ਜਿਨ੍ਹਾਂ ਨੇ ਉਹਦੇ ਨਾਲ ਕੰਮ ਕੀਤਾ, ਉਹਨਾਂ ਦਾ ਸਾਥ ਵੀ ਕੀਆ ਕਰਨ ਦਾ ਪਿਛਲੇ ਦਿਨਾਂ ਦੇ ਵਿੱਚ ਮੌਕਾ ਬੜਾ ਮਿਲਿਆ। ਦੋਸਤੋ ਬਿਮਲ ਕੌਰ ਖਾਲਸਾ ਜਦੋਂ ਭੋਗਾਂ ਤੇ ਜਾਂਦੇ ਸੀ, ਸੁਮੇਧ ਸੈਣੀ ਜਿਹਨੂੰ ਬਾਦਲ ਕੇ ਲਾਣੇ ਨੇ ਬਾਅਦ ਦੇ ਵਿੱਚ DGP ਬਣਾਇਆ, ਜਿਹਨੇ ਸਭ ਤੋਂ ਵੱਧ ਕੀਆ ਸਾਡੀ ਨਸਲ ਦਾ ਘਾਣ ਕੀਤਾ, ਉਹ ਬੰਦੇ ਨਾਲ ਸਿੱਧਾ ਮੱਥਾ ਲੈਂਦੀ ਸੀ।
ਕਈ ਇਨਕਾਊਂਟਰਾਂ ਦੇ ਵਿੱਚ ਵਿਚਾਲੇ ਜਾ ਕੇ ਖੜਦੀ ਰਹੀ ਹੈ ਬਿਮਲ ਕੌਰ ਖਾਲਸਾ। ਜਦੋਂ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀਗਾ, ਕਈ ਵਾਰੀ ਨਜਾਇਜ਼ ਇਨਕਾਊਂਟਰ ਕੀਤੇ ਜਾਂਦੇ ਸੀ, ਤਾਂ ਉੱਥੇ ਜਾ ਕੇ ਕੀ ਹੈ ਖੜ ਜਾਂਦੀ ਸੀ ਬਿਮਲ ਕੌਰ ਖਾਲਸਾ। ਤੇ ਅਖੀਰ ਸਿੱਧੂ ਮੂਸੇਵਾਲੇ ਦਾ ਗਾਣਾ ਸਾਰਿਆਂ ਨੇ ਸੁਣਿਆ ਹੋ ਜੀ, ਤੇ ਉਹ ਜਟਾਣੇ ਦਾ ਜ਼ਿਕਰ ਕਰਦਾ, ਉਹ ਜਟਾਣਾ ਜਿਹੜਾ ਐਸਬੀਆਈ ਵਾਲੇ ਦੇ ਇੰਜੀਨੀਅਰਾਂ ਦੇ ਉੱਤੇ ਕੀ ਆ ਗੋਲੀ ਚਲਾਉਂਦਾ, ਤੇ ਉਹ ਜਟਾਣਾ ਜਿਹਦੇ ਪਰਿਵਾਰ ਨੂੰ ਸੁਮੇਲ ਸੈਣੀ ਦਾ ਜਦੋਂ ਇੱਕ ਵਾਰ ਅਟੈਕ ਹੁੰਦਾ ਤਾਂ ਫਿਰ ਸੁਮੇਲ ਸੈਣੀ ਕੀ ਕਰਦਾ ਦੋਸਤੋ, ਉਸ ਤੋਂ ਬਾਅਦ ਜਦੋਂ ਅਟੈਕ ਹੋਣ ਤੋਂ ਅਗਲੇ ਦਿਨ ਹੀ ਉਹ ਜਟਾਣੇ ਦੇ ਪਰਿਵਾਰ ਦੇ ਉੱਤੇ ਇੱਕ ਪੂਲਾ ਨਿੰਗ ਜਿਹੜਾ ਟੌਟ ਸੀ ਪੁਲਿਸ ਦਾ ਉਹਦੇ ਤੋਂ ਕੀ ਆ ਹਮਲਾ ਕਰਵਾਉਂਦਾ। ਹਮਲਾ ਕੀ ਕਰਵਾਉਂਦਾ, ਜਟਾਣੇ ਦਾ ਪੂਰਾ ਪਰਿਵਾਰ ਜਿਉਂਦਾ ਸਾੜ ਦਿੱਤਾ ਗਿਆ ਨਿੰਗ ਪੂਲੇ ਵੱਲੋਂ ਪੁਲਿਸ ਦੀ ਸ਼ਹਿ ਦੇ ਉੱਤੇ। ਤਾਂ ਜਦੋਂ ਉਸ ਦੇ ਦੋਸਤੋ 91 ਦਾ ਮੈਂ ਕਿ ਗੱਲ ਆ, ਤੇ ਉਸ ਤੋਂ ਮੈਂ ਕਿ ਸਾਰੀ ਘਟਨਾਕ੍ਰਮ ਤੋਂ ਬਾਅਦ ਬਿਮਲ ਕੌਰ ਖਾਲਸਾ ਉਸ ਪਿੰਡ 'ਚ ਪਹੁੰਚਦੀ ਆ, ਰੋਕਣ ਦੀ ਬੜੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਉਹ ਸ਼ੇਰਨੀ ਗਰਜਦੀ ਆ, ਉੱਥੇ ਪਹੁੰਚਦੀ ਵੀ ਹੈਗੀ ਆ, ਪਰ ਪਹੁੰਚਣ ਤੋਂ ਬਾਅਦ ਜਦੋਂ ਵਾਪਸ ਆ ਜਾਂਦੀ ਆ ਅਗਲੇ ਦਿਨ ਉਹਦੀ ਘਰ ਦੇ ਵਿੱਚੋਂ ਲਾਸ਼ ਮਿਲਦੀ ਆ ਤੇ ਸ਼ਹਾਦਤ ਦਾ ਜਾਮ ਪੀਂਦੀ ਆ। ਉਹਦੀ ਮੌਤ ਅੱਜ ਤੱਕ ਰਹੱਸ ਬਣੀ ਵੀ ਆ ਇਹ ਸਰਬਜੀਤ ਸਿੰਘ ਮਲੋਏ ਦੀ, ਉਹ ਮਾਤਾ ਜੀ ਨੇ, ਤੇ ਲਾਸ਼ ਵੀ ਮਿਲਦੀ ਆ ਤੇ ਕਿਹਾ ਕੀ ਜਾਂਦਾ ਕਿ ਕੱਪੜੇ ਧੋਣ ਵਾਲੀ ਮਸ਼ੀਨ ਤੋਂ ਕਰੰਟ ਲੱਗ ਕੇ ਉਹਨਾਂ ਦੀ ਮੌਤ ਹੋ ਜਾਂਦੀ ਆ। ਪੋਸਟਮਾਰਟਮ ਤੱਕ ਨਹੀਂ ਕੀਤਾ ਗਿਆ ਉਹ ਸ਼ੇਰਨੀ ਦਾ, ਇਹ ਉਸ ਸ਼ੇਰਨੀ ਦਾ ਪੁੱਤ ਆ। ਯਾਰ ਕੋਈ ਤਾਂ ਕਣੀ ਲਾਜ਼ਮੀ ਇਸਦੇ ਖੂਨ 'ਚ ਹੋਊ, ਬਲੱਡ ਲਾਈਨ ਦੇਖ ਲਓ, ਉਸ ਬਲੱਡ ਲਾਈਨ ਦਾ ਬੰਦਾ ਇਹ। ਤਾਂ ਤੁਹਾਨੂੰ ਲੱਗਦਾ ਜੇ ਤੁਹਾਡੇ 'ਚ ਵੀ ਕਣੀ ਹੈਗੀ ਆ ਤਾਂ ਇਹਦਾ ਸਾਥ ਦਿਓ। ਤਾਂ ਹੀ ਕਹਿਣਾ ਪੋਸਟ ਸ਼ੇਅਰ ਕਰਕੇ ਘਰ ਬੈਠੇ ਵੀ ਤੁਸੀਂ ਸਾਥ ਦੇ ਸਕਦੇ ਹੋ, ਭਾਵੇਂ ਪੰਜਾਬ ਦੇ ਕਿਸੇ ਕੋਨੇ 'ਚੋਂ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚੋਂ, ਤਾਂ ਕਿ ਸਾਡੀ ਔਲਾਦ ਨੂੰ ਤੇ ਲੋਕਾਂ ਨੂੰ ਪਤਾ ਲੱਗ ਸਕੇ ਇਹ ਸਰਬਜੀਤ ਸਿੰਘ ਕੌਮ ਦਾ ਕਿਹੜਾ ਹੀਰਾ। ਪੰਥਕਾਂ ਨੇ ਸਾਥ ਨਹੀਂ ਦਿੱਤਾ ਤੇ ਨਾ ਹੀ ਇਹਨੂੰ ਕਿਤੇ ਉੱਭਰਨ ਦਿੱਤਾ। ਬੇਸ਼ੱਕ ਸਿਮਰਜੀਤ ਮਾਨ ਦੇ ਵੱਲੋਂ ਇਲੈਕਸ਼ਨ ਵੀ ਲੜਿਆ, ਠੀਕ ਹੈ, ਪਰ ਉਹਨੇ ਕੀ ਦੇਖਿਆ ਕਿ ਇਹਦੇ ਕੋਲੇ ਪੱਲੇ ਬੜੀਆਂ ਵੱਡੀ ਕੀ ਆ ਘਾਲਣ ਆ ਗਈ, ਸ਼ਹਾਦਤਾਂ ਨੇ ਰੁਲ ਖੁਲ ਕੇ ਪਲਿਆ ਜਵਾਕ ਆ, ਲੋਕ ਕਿਤੇ ਇਹਦੇ ਨਾਲ ਨਾ ਹੋ ਜਾਣ, ਇਹਦਾ ਚਿਹਰੇ ਨੂੰ ਵੱਡਾ ਨਹੀਂ ਹੋਣ ਦਿੱਤਾ ਗਿਆ। ਅੱਜ ਲੋੜ ਹੈ ਇਹਨੂੰ ਵੱਡਾ ਕਰਨ ਦੀ, ਅੱਜ ਲੋਕਾਂ ਨੇ ਇਹਦਾ ਵੱਡਾ ਕੀਤਾ। ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਤੇ ਚੈਲੰਜ ਕਰਦਾ, ਇਹਨੂੰ ਹਰਾਉਣ ਵਾਲਾ ਕੋਈ ਜੰਮਿਆ ਨਹੀਂ ਦੋਸਤੋ। ਜੇ ਤੁਸੀਂ ਸਾਰੇ ਦਿਲੋਂ ਅੱਜ ਕੀ ਆ ਸਹੀ ਸਾਥ ਦਿਓਗੇ, ਇਸ ਉਂਗਲ ਦੀ ਸਹੀ ਵਰਤੇ ਕਰ ਲਓਗੇ, ਪਾਸੇ ਐਸੇ ਬੈਠੇ, ਤਾਂ ਹੀ ਕਹਿਣਾ ਕਿ ਸ਼ੇਅਰ ਹੀ ਕਰ ਦਿਓ, ਉਹ ਵੀ ਤੁਹਾਡਾ ਸਾਥ ਹੋਊਗਾ, ਉਸ ਸ਼ਹੀਦ ਨੂੰ ਮੈਂ ਕਿ ਸਾਡਾ ਸਿਜਦਾ ਹੋਊਗਾ। ਤੇ ਮੈਂ ਇੱਕੋ ਗੱਲ ਕਹਿਣਾ ਦੋਸਤੋ, ਦੋਸਤੋ ਸਾਰੇ ਭਰਾ, ਉੱਥੇ ਉਸ ਏਰੀਏ ਦੇ ਨਾ ਕਈ ਵੀਰਾਂ ਨੇ ਗੱਲ ਕੀਤੀ ਕਿ ਸਾਡੇ ਪਿੰਡ ਨਹੀਂ ਆਇਆ। ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਕਿ ਬੇਅੰਤ ਸਿੰਘ ਨੇ ਜਦੋਂ ਇੰਦਰਾ ਗਾਂਧੀ ਦੇ ਦੋਸਤੋ ਗੱਡੀ ਚਾੜਿਆ ਸੀ ਉਦੋਂ ਤੁਹਾਨੂੰ ਪੁੱਛਣ ਨਹੀਂ ਆਇਆ ਸੀ, ਤੁਹਾਡੀ ਪੱਗ ਨੂੰ ਸਿਰ ਤੇ ਧਰਿਆ ਸੀ। ਯਾਰ ਹੱਥ ਅੱਡ ਕੇ ਜਦੋਂ ਅੱਜ ਉਹਦਾ ਪੁੱਤ ਨਾ ਵੋਟ ਮੰਗਦਾ ਹੱਥ ਅੱਡ ਕੇ, ਮੈਂ ਕਹਿੰਦਾ ਰੋਣਾ ਨਿਕਲ ਜਾਂਦਾ, ਸਾਨੂੰ ਸ਼ਰਮ ਆ ਜਾਣੀ ਚਾਹੀਦੀ ਆ ਕਿ ਉਸ ਮੈਂ ਕਿ ਯੋਧੇ ਦਾ ਪੁੱਤ, ਉਸ ਮੈਂ ਕਿ ਸ਼ੇਰਨੀ ਦਾ ਪੁੱਤ ਸਾਡੇ ਮੂਹਰੇ ਹੱਥ ਕਿਉਂ ਅੜਦਾ, ਉਹਨੂੰ ਜਾ ਕੇ ਮੈਂ ਕਹਿੰਦਾ ਮਿਲਣਾ ਚਾਹੀਦਾ। ਜਿਹੜੇ ਭਰਾ ਆਪਦੇ ਪਿੰਡਾਂ 'ਚ ਕੰਪੇਨ ਕਰ ਰਹੇ ਆ, ਅੱਜ ਹੁਸਨਰ ਪਿੰਡ ਤੋਂ ਭਰਾ ਦਾ ਫੋਨ ਆਇਆ, ਮਟੀਰੀਅਲ ਮੰਗਿਆ ਉਹਨੇ, ਉਹਦਾ ਸੰਪਰਕ ਵੀ ਉੱਥੇ ਵੀਰਾਂ ਨਾਲ ਕਰਾਇਆ। ਲਗਭਗ ਸਾਰੇ ਏਰੀਏ ਦੇ ਵਿੱਚੋਂ ਨੌਜਵਾਨ ਜਿਹੜੇ ਕੀ ਆ ਕਣੀ ਰੱਖਦੇ ਆ, ਉਹ ਸਾਰੇ ਤੁਰ ਪਿਆ ਡੀਕੀ ਨਾ ਜਾਵੇ ਵੀ ਸਾਡੇ ਤੱਕ ਆਵੇ, ਕਿਉਂਕਿ ਉਹਨੇ ਕਿਸੇ ਨੂੰ ਡੀਕਿਆ ਨਹੀਂ ਸੀ ਸਾਡੀ ਪੱਗ ਨੂੰ ਸਾਡੇ ਸਿਰ ਤੇ ਧਰਨ ਵਾਸਤੇ। ਤੇ ਦੋਸਤੋ ਮੈਂ ਕਹਿੰਦਾ ਵੀ 10 ਪੀੜ੍ਹੀਆਂ 'ਚੋਂ ਵੀ ਬੇਅੰਤ ਸਿੰਘ ਦੇ ਮਾਂ ਕੇ ਪੀੜ੍ਹੀਆਂ 'ਚੋਂ ਕੋਈ ਖੜਾ ਹੁੰਦਾ ਨਾ, ਉਹਨੇ ਜਿਹੜਾ ਘਾਟਾ ਆਪਦੇ ਪਰਿਵਾਰ ਨੂੰ ਪਾਇਆ, ਮੈਂ ਕਹਿੰਦਾ 10 ਪੀੜ੍ਹੀਆਂ 'ਚੋਂ ਕੋਈ ਖੜਾ ਹੋ ਗਿਆ, ਸਾਡਾ ਹੱਥ ਟੁੱਟ ਜਾਣਾ ਚਾਹੀਦਾ ਯਾਰ ਜੇ ਕਿਸੇ ਹੋਰ ਪਾਸੇ ਸਾਡਾ ਹੱਥ ਜਾਵੇ। ਤੇ ਸਾਰੇ ਵੀਰਾਂ ਨੂੰ ਮੈਂ ਦੱਸਦਾ ਕਿ ਕਿਵੇਂ ਰੁਲ ਖੁਲ ਕੇ ਪਲਿਆ, ਕਿਵੇਂ ਉਹਦੇ ਬਾਪ ਨੇ ਸਾਡੀ ਕੀ ਆ ਕੌਮ ਦਾ ਹੱਥ ਫੜਿਆ ਸੀ, ਪਰਿਵਾਰ ਦਾ ਹੱਥ ਛੱਡਿਆ ਸੀ, ਅੱਜ ਉਸ ਪਰਿਵਾਰ ਦਾ ਉਸ ਔਲਾਦ ਦਾ ਹੱਥ ਫੜਨਾ ਬਣਦਾ। ਕਿਉਂਕਿ 5-6 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸ਼ਹੀਦ ਹੋਣਾ ਤੇ ਕਿਸੇ ਨੇ ਸਕੂਲ 'ਚ ਐਡਮਿਸ਼ਨ ਨਾ ਦੇਣੀ, ਉਦੋਂ ਦੰਦਵੀਂ ਟਕਸਾਲਾਂ ਨੇ 2 ਸਾਲ ਇਹਨਾਂ ਦਾ ਖਰਚਾ ਚੱਕਿਆ, ਉਸ ਤੋਂ ਬਾਅਦ ਦੋਸਤੋ ਮਾਤਾ ਵੀ ਚਲੇ ਜਾਂਦੇ ਆ, 91 'ਚ ਉਹ ਮੈਂ ਕਿ ਸ਼ਹੀਦੀ ਪਾ ਜਾਂਦੇ ਆ, ਰੁਲ ਖੁਲ ਕੇ ਪਲਿਆ ਜਵਾਕ ਕਿਸ ਤਰੀਕੇ ਨਾਲ, ਮੈਂ ਕਿਹਾ ਉਹਦੀ ਜ਼ਿੰਦਗੀ ਉਹਨੇ ਕਿਸੇ ਤੋਂ ਲੁਕੋ ਕੇ ਨਹੀਂ ਰੱਖੀ। ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਬਾਂਹ ਫੜਿਓ ਉਹਨਾਂ ਦੀ, ਤੇ ਦੋਸਤੋ ਸਵਾਦ ਆਊਗਾ ਤੁਹਾਨੂੰ ਵੀ ਜਦੋਂ ਉਸ ਇੰਦਰਾ ਦੀ ਮੈਂ ਕਿ ਲਾਦ ਦੇ ਬਰਾਬਰ ਸਾਡਾ ਕੀ ਆ ਭਰਾ ਉੱਥੇ ਬੈਠਾ ਹੋਊ, ਬੇਅੰਤ ਸਿੰਘ ਦੀ ਲਾਦ ਉੱਥੇ ਜਾ ਕੇ ਬਰਾਬਰ ਬੈਠੂ, ਤਾਂ ਅਸਲ ਡੈਮੋਕਰੇਸੀ ਦਾ ਲੋਕਤੰਤਰ ਦਾ ਸਵਾਦ ਫੇਰ ਆਉਣਾ। ਇਸ ਕਰਕੇ ਸਾਰੇ ਭਰਾ ਉੱਥੋਂ ਤੱਕ ਪਹੁੰਚਦਾ ਕਰ ਦਿਓ,
ਬੇਅੰਤ ਸਿੰਘ ਦੇ ਬੇਟੇ, ਠੀਕ ਹੈ, ਚੋਣ ਨਿਸ਼ਾਨ ਗੱਡਾ ਕਿਸਾਨ ਆ ਜਿਹਦਾ ਫਰੀਦਕੋਟ ਹਲਕੇ ਵਾਲੇ ਭਰਾਵਾਂ ਤੱਕ ਪਹੁੰਚਦਾ ਕਰਿਓ। ਤੇ ਕਈ ਭਰਾਵਾਂ ਨੂੰ ਇਤਰਾਜ਼ ਹੁੰਦਾ, ਕਹਿੰਦੇ ਵੀ ਤੁਸੀਂ ਅਲੱਗ ਅਲੱਗ ਹਲਕੇ ਚੋਂ, ਕਹਿੰਦੇ ਤੁਸੀਂ ਬਠਿੰਡੇ ਤੋਂ, ਸਾਡੀ ਟੀਮ ਦੋਸਤੋ ਬਠਿੰਡਾ ਮਾਨਸਾ ਦੀ ਸਾਰੀ ਟੀਮ, ਇੱਥੇ ਗੁਰਮੀਤ ਸਿੰਘ ਖੁੱਡੀਆਂ ਦੀ ਸਪੋਰਟ ਕਰ ਰਹੀ ਆ, ਕੋਈ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਨਹੀਂ। ਕਿਉਂ ਕਰਦੇ ਆ? ਕਿਉਂਕਿ ਉਹ ਬੰਦੇ ਦੇ ਵੀ ਕੀ ਇੱਕ ਨਸਲ ਦਾ ਨਸਲ ਹੈਗੀ ਆ, ਜਿਵੇਂ ਅਸੀਂ ਇਹਦੀ ਗੱਲ ਕੀਤੀ ਆ, ਜਗਦੇਵ ਸਿੰਘ ਖੁੱਡੀਆਂ ਦੀ ਵੀ ਇੱਕ ਸ਼ਹਾਦਤ ਆ, ਬੜੀ ਵੱਡੀ ਸ਼ਹਾਦਤ ਆ, ਉਹਦਾ ਵੀ ਪਰਿਵਾਰ ਰੁਲਿਆ, ਉਸੇ ਪਰਿਵਾਰ ਦੇ ਵਿੱਚੋਂ ਬਲੱਡ ਲਾਈਨ 'ਚੋਂ ਗੁਰਮੀਤ ਸਿੰਘ ਖੁੱਡੀਆਂ ਆਉਂਦੇ ਆ। ਜਿਹੜਾ ਬੰਦਾ ਕੀ ਹੈ, ਉਹਨਾਂ ਨੇ ਵੀ ਜਿਹੜਾ ਘਾਟਾ ਜਰਿਆ ਉਹ ਕੌਮ ਖਾਤਰ ਜਰਿਆ, ਕਿਉਂਕਿ ਉਹ ਯੋਧਾ ਜਗਦੇਵ ਸਿੰਘ ਖੁੱਡੀਆਂ ਜਿਹੜਾ ਸੀ ਉਸ ਟਾਈਮ ਦੇ ਵਿੱਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਦਾ, ਮੈਂ ਕਿ ਰਿਕਾਰਡ ਪੇਸ਼ ਕਰਨਾ ਚਾਹੁੰਦਾ ਸੀ, ਲੋਕ ਸਭਾ 'ਚ ਲਿਜਾ ਕੇ ਆਵਾਜ਼ ਬੁਲੰਦ ਕਰਨੀ ਚਾਹੁੰਦਾ ਸੀ। ਇਸੇ ਕਰਕੇ ਸਮੇਂ ਦੇ ਹੁਕਮਰਾਨਾਂ ਨੇ ਤੇ ਪ੍ਰਸ਼ਾਸਨ ਪੁਲਿਸ ਨੇ ਰਲ ਕੇ ਉਹਨਾਂ ਨੂੰ ਕਿਹਾ, ਸ਼ਹੀਦ ਕੀਤਾ ਗਿਆ, ਤੇ ਉਹਨਾਂ ਦੀ ਮੈਂ ਕਿ ਸੂਹ ਨਹੀਂ ਨਿਕਲ ਦਿੱਤੀ ਗਈ। ਅੱਜ ਉਸ ਪਰਿਵਾਰ ਦਾ ਜੇ ਮੈਂਬਰ ਜੇ ਬਠਿੰਡੇ ਤੋਂ ਖੜਾ ਤਾਂ ਖੌਤੀ ਪੰਥਕਾਂ ਦੇ ਮੂੰਹ ਤੇ ਚਪੇੜ ਤੁਸੀਂ ਮਾਰ ਸਕਦੇ ਹੋ, ਜੇ ਤੁਸੀਂ ਵੋਟਾਂ ਕੀ ਆ ਇਹਨਾਂ ਦੋਨਾਂ ਪਰਿਵਾਰਾਂ ਨੂੰ, ਠੀਕ ਹੈ, ਪਾਉਣੇ ਹੋ। ਅਲੱਗ ਅਲੱਗ ਹਲਕਿਆਂ ਤੋਂ ਟੀਮਾਂ ਨੇ ਫੈਸਲਾ ਕੀਤਾ ਦੋਸਤੋ, ਮੈਂ ਦੱਸ ਵੀ ਦਿੰਦਾ, ਕਈ ਭਰਾ ਫਿਰ ਪੁੱਛ ਲੈਂਦੇ ਆ ਕਈ ਵਾਰ ਵੀ ਤੁਸੀਂ ਉੱਥੋਂ ਕਿਉਂ ਕਰ ਰਹੇ ਹੋ, ਸੰਗਰੂਰ ਦੀ ਟੀਮ ਦਾ ਫੈਸਲਾ ਹੋਇਆ ਸੀ, ਉਹ ਕੱਲ੍ਹ ਉੱਥੇ ਮੀਤ ਹੇਅਰ ਦੀ ਸਪੋਰਟ ਕਰ ਰਹੇ ਆ। ਫਿਰੋਜ਼ਪੁਰ ਤੋਂ ਕੀ ਆ, ਚਰਨ ਸਿੰਘ ਕਰਕੇ ਸਾਡੇ ਰਿਟਾਇਰ ਫੌਜੀ ਨੇ, ਉੱਥੋਂ ਫਿਰੋਜ਼ਪੁਰ ਦੀ ਜਿੰਨੀ ਟੀਮ ਆ ਸਾਰੇ ਵੀਰ ਉੱਥੇ ਰਲ ਕੇ ਉੱਥੇ ਕਾਕੇ ਬਰਾੜ ਦੇ ਮੈਂ ਕੀ ਆ ਸਪੋਰਟ ਦੇ ਖੜੇ, ਕਿਉਂਕਿ ਲੋਕਤੰਤਰ ਦੇ ਵਿੱਚ ਸਭ ਤੋਂ ਜ਼ਰੂਰੀ ਅੱਜ ਕੀ ਆ, ਦੁਸ਼ਮਣਾਂ ਨੂੰ ਹਰਾਉਣਾ, ਸਭ ਤੋਂ ਵੱਡਾ ਦੁਸ਼ਮਣ ਮੋਦੀ ਆ। ਇਸੇ ਕਰਕੇ ਬਠਿੰਡੇ ਤੋਂ ਤੁਸੀਂ ਗੁਰਮੀਤ ਖੁੱਡੀਆਂ ਦੀ ਸਪੋਰਟ ਕਰ ਰਹੇ ਹਾਂ, ਅਲੱਗ ਅਲੱਗ ਥਾਵਾਂ ਤੋਂ ਖਡੂਰ ਸਾਹਿਬ ਤੋਂ ਦੋਸਤੋ ਸਾਡੇ ਜਿੰਨੇ ਸਾਥੀ ਨੇ, ਠੀਕ ਹੈ, ਉਹ ਸਾਰੇ ਭਰਾ ਅੰਮ੍ਰਿਤਪਾਲ ਦੀ ਸਪੋਰਟ ਦੇ ਵਿੱਚ ਲੱਗੇ ਹੋਏ ਨੇ, ਉੱਥੇ ਕਪੂਰਥਲੇ ਤੋਂ ਆ, ਖਡੂਰ ਸਾਹਿਬ ਤੋਂ ਹੈਗੇ ਆ, ਅਜਨਾਲੇ ਤੋਂ ਹੈਗੇ ਆ, ਭਰਾ ਪੱਟੀ ਤੋਂ ਸਾਡੇ ਨਾਲ ਜਿਹੜੇ ਜਿੰਨੇ ਵੀਰ ਵੀ ਜੁੜੇ ਹੋਏ ਆ, ਮੀਟਿੰਗਾਂ ਪਿਛਲੇ ਟਾਈਮ 'ਚ ਕਰਕੇ ਵੀ ਮੈਂ ਉਹਨਾਂ ਨਾਲ ਕਰਦੇ ਵੀ ਰਹੇ ਹਾਂ, ਉਹ ਸਾਰੇ ਭਰਾ ਉਹਨਾਂ ਦੀ ਸਪੋਰਟ ਕਰ ਰਹੇ ਆ। ਮੈਂ ਤੁਹਾਨੂੰ ਇੱਕ ਗੱਲ ਕਰਦਾ ਕਿ ਨਸਲ ਦੇ ਬੰਦੇ ਚੁਣਨੇ ਬੜੇ ਜ਼ਰੂਰੀ ਨੇ, ਅਤੇ ਕੋਈ ਵੀ ਪਾਰਟੀ 'ਚ ਹੋਣ, ਉਹ ਮੈਂ ਕਹਿੰਦਾ ਪਾਰਟੀ ਮੈਟਰ ਨਹੀਂ ਕਰਦੀ, ਬਲੱਡ ਲਾਈਨ ਮੈਟਰ ਕਰਦੀ ਆ। ਮੈਂ ਕਹਿੰਦਾ ਕਿਸੇ ਪਾਰਟੀ ਜਾਂ ਸ਼ਹੀਦ ਕੀ ਆ, ਕੌਮ ਦੇ ਸਾਂਝੇ ਹੁੰਦੇ ਆ, ਇਸ ਕਰਕੇ ਕੌਮ ਦੀ ਡਿੱਗੀ ਪੱਗ ਜਿਹੜੇ ਬੰਦੇ ਨੇ ਸਿਰ 'ਤੇ ਧਰੀ ਆ, ਉਹਨਾਂ ਬੰਦਿਆਂ ਦਾ ਸਾਥ ਦੇਣ ਖਾਤਰ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਅਤੇ ਫਿਰ ਅਖੀਰ 'ਚ ਬੇਨਤੀ ਕਰਦਾ, ਜੇ ਅਸੀਂ ਵੀ ਅਸਲ ਦੇ ਹੈਗੇ ਹਾਂ, ਠੀਕ ਹੈ, ਨਸਲ ਦੇ ਹੈਗੇ ਹਾਂ, ਤਾਂ ਸਾਨੂੰ ਕ੍ਰਿਤਕਣ ਹੋਣ ਦੀ ਥਾਂ 'ਤੇ ਅੱਜ ਸਰਬਜੀਤ ਸਿੰਘ ਮਲੋਏ ਦਾ ਵੀ ਸਾਥ ਦੇਣਾ ਬਣਦਾ, ਅਤੇ ਬਾਕੀ ਜਿਹੜੇ ਹੋਰ ਮੈਂ ਕਿ ਨੌਜਵਾਨ ਵੀਰ ਲੜਾਈ ਲੜ ਰਹੇ ਆ, ਉਹਨਾਂ ਸਾਰਿਆਂ ਦਾ, ਜਿਹੜੇ ਨੰਗੇ ਤਾਂ ਲੜਾਈ ਲੜਦੇ ਆ ਖਡੂਰ ਸਾਹਿਬ ਤੋਂ ਜਿਹੜੇ ਲੜ ਰਹੇ ਆ, ਠੀਕ ਹੈ, ਸਾਡੀ ਟੀਮ ਉੱਥੇ ਸਪੋਰਟ ਕਰ ਰਹੀ ਆ, ਉਸੇ ਤਰੀਕੇ ਨਾਲ ਦੋਸਤੋ ਸਾਰਿਆਂ ਨੂੰ ਬੇਨਤੀ ਕਰਦਾ। ਅਤੇ ਲੁਧਿਆਣੇ ਤੋਂ ਕਈ ਵੀਰਾਂ ਨੇ ਇਤਰਾਜ਼ ਕੀਤਾ ਸੀ, ਪਿੱਛੇ ਇੱਕ ਪੋਸਟ ਦੇ ਵਿੱਚ ਮੈਂ ਰਾਜੇ ਪੜਿੰਗ ਬਾਰੇ ਬੋਲਿਆ ਸੀ ਕਿ ਰਾਜਾ ਪੜਿੰਗ ਉੱਥੋਂ ਜਿੱਤ ਰਿਹਾ, ਕਿਉਂਕਿ ਪੋਜੀਸ਼ਨ ਲਗਭਗ ਕਲੀਅਰ ਹੈਗੀ ਆ ਸਾਰਿਆਂ ਨੂੰ, ਪਰ ਦੋਸਤੋ ਉੱਥੇ ਵੀ ਅਸੀਂ ਕੀ ਆ, ਮੈਂ ਗੱਲ ਕਰਦਾ ਜਿਹੜਾ ਬਰਾੜ ਕੀ ਆ ਆਜ਼ਾਦ ਉੱਥੇ ਵੀਰ ਖੜਾ ਤਾਂ ਉਹਦੀ ਸਪੋਰਟ ਕਰਨੀ ਬਣਦੀ ਆ, ਜਿਹੜਾ ਰਾਜੇ ਪੜਿੰਗ ਦੇ ਅਗੇਂਸਟ ਜਾ ਕੇ ਕੀ ਆ ਉੱਥੇ ਡਟਿਆ ਹੋਇਆ, ਉਹਦੀ ਵੀ ਅਸੀਂ ਕੀ ਆ, ਸਾਡੇ ਭਰਾ ਜ਼ਿਆਦਾਤਰ ਕਈ ਭਰਾ ਉਹਦੀ ਹਮਾਇਤ ਵੀ ਕਰ ਰਹੇ ਆ ਉੱਥੋਂ। ਅਤੇ ਅਲੱਗ ਅਲੱਗ ਵੀਰਾਂ ਦਾ ਫੈਸਲਾ, ਡੈਮੋਕ੍ਰੇਸੀ ਆ ਜਿਹੜੀ ਕੀ ਆ, ਗਰੁੱਪ ਸਾਡੇ ਨਾਲ ਜੁੜਿਆ, ਜਿਵੇਂ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਉਹਨਾਂ ਦਾ ਸਿਰ ਮੱਥੇ ਅਸੀਂ ਉਹਨਾਂ ਦੇ ਉਹਦੇ 'ਚ ਆ। ਅਤੇ ਇਸ ਕਰਕੇ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਉਂਗਲ ਨੂੰ ਸਹੀ ਥਾਂ ਲਾਇਓ ਅਤੇ ਆਪਦੀ ਅਣਖ ਨੂੰ ਬਚਾਇਓ, ਇੰਨੀਆਂ ਕੁ ਬੇਨਤੀਆਂ ਕਰਦਾ। ਫਤਿਹ ਅਰਜਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।